ਵੈਲਕਮ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਜਿਵੇਂ ਕਿ ਮਿੱਤਰੋ, 2 ਦਿਨ ਹੋ ਗਏ ਅਸੀਂ ਬਹੁਤ ਭੜਕਦੇ ਫਿਰਦੇ ਹਾਂ, ਸਟੇਅਰਿੰਗ ਦੀ ਫਿਟਿੰਗ ਨਹੀਂ ਆਉਂਦੀ। ਹੁਣ ਇੱਕ ਵਾਰ ਫਿਰ ਅਸੀਂ ਮਾਰਕੀਟ ਤੋਂ ਸਟੇਅਰਿੰਗ ਚੇਂਜ ਕਰਕੇ ਲਿਆਏ ਹਾਂ ਕਬਾੜਖਾਨੇ ਤੋਂ, ਕਿਉਂ ਨਵਾਂ ਲੈਣ ਦਾ ਕੋਈ ਫਾਇਦਾ ਨਹੀਂ, ਕਿਉਂ ਉਹਨੂੰ ਵੜਾ ਕੇ ਫਿਰ ਸੈੱਟ ਕਰਾਉਣਾ ਪੈਣਾ ਵਾ। ਅਤੇ ਮਿੱਤਰੋ, ਮੈਂ ਤੁਹਾਨੂੰ ਆਹ ਚੀਜ਼ ਚੈੱਕ ਕਰਾਉਂਦਾ ਹਾਂ, ਅਸੀਂ 2-3 ਦਿਨਾਂ ਵਾਲੇ ਸਟੇਅਰਿੰਗ ਚੇਂਜ ਕੀਤੇ। ਸਾਰੀ ਗੱਲ ਸਮਝਾਉਂਦਾ ਤੁਹਾਨੂੰ, ਤੁਹਾਨੂੰ ਕੀ ਪੰਗਾ ਪਿਆ ਇਹਦਾ। ਨਟ ਕਸਤਾ ਕੀ ਕੀਤਾ ਉਹਦਾ ਸਟੇਅਰਿੰਗ ਦਾ ਸਪਿਨਰ ਵਾਲਾ, ਪਹਿਲਾਂ ਤਾਂ ਮੈਂ ਜੁਗਾੜ ਹੋਣਾ ਨਹੀਂ, ਪਰ ਗੱਲ ਬਣ ਗਈ। ਆਹ ਤਾਂ ਆਪਾਂ ਮਿੱਤਰ ਸਪਿਨਰ ਕੱਢ ਲਿਆ, ਆਹ ਵਾ ਓਰੀਜਨਲ ਸਟੇਅਰਿੰਗ ਫੜੀ, ਆਹ ਮਿੱਤਰ ਓਰੀਜਨਲ ਆ, ਇੱਥੇ ਰੱਖ ਥੱਲੇ। ਜਿਹੜੀ ਆਹ ਚੀਜ਼ ਇਹਦੀ ਅੰਦਰਲੀ ਆ ਗੁਲਾਈ ਆ ਦੰਦੇ ਵਾਲੀ, ਜਿਹੜੇ ਮੈਂ ਪਹਿਲਾਂ ਸਟੇਅਰਿੰਗ ਚੈੱਕ ਕਰਾਏ ਤੁਹਾਨੂੰ, ਉਹਨਾਂ ਦੇ ਲੂਜ ਨਿਕਲੇ ਸੀ, ਲੇਕਿਨ ਆਹ ਜਿਹੜਾ ਸਟੇਅਰਿੰਗ ਲਿਆਂਦਾ ਸੀ ਕਬਾੜਖਾਨੇ ਤੋਂ, ਇਹ ਪੂਰਾ ਸੈੱਟ ਬਹਿ ਗਿਆ, ਪੂਰਾ ਫਿਕਸ ਆ ਗਿਆ ਵਾ। ਹੁਣ ਆਹ ਜਿਹੜਾ ਵਾ ਕਰੋਮ ਵਾਲਾ ਸਟੇਅਰਿੰਗ, ਇਹਦੀ ਆਹ ਚੀਜ਼ ਲੂਜ ਸੀ ਬਹੁਤ, ਪਿਛਲੇ ਵਲੌਗ 'ਚ ਵੇਖਣੀ ਆ ਲੂਜ ਸੀ ਅਤੇ ਵਿੱਚ ਫਿਟਿੰਗ ਨਹੀਂ ਬਹਿੰਦੀ ਸੀ, ਸਟੇਅਰਿੰਗ ਖਾਲੀ ਆ ਘੁੰਮੀ ਜਾਂਦਾ ਅਤੇ ਟਾਇਰ ਤਾਂ ਕੁਛ ਨਹੀਂ ਜਦੋਂ ਅੰਦਰ ਫਿਟਿੰਗ ਨਹੀਂ ਬੈਠੀ। ਹੁਣ ਅਸੀਂ ਆਹ ਜਿਹੜਾ ਸਟੇਅਰਿੰਗ ਆ ਇਹ ਅਸੀਂ ਵਰਕਸ਼ਾਪ 'ਤੇ ਲੈ ਕੇ ਜਾਵਾਂਗੇ ਆਹ ਦੋਵੇਂ, ਅਤੇ ਇਹਦੀ ਆਹ ਚੀਜ਼ ਅੰਦਰਲੀ ਕਟਵਾ ਕੇ ਪੂਰੀ ਸਟੇਅਰਿੰਗ ਵੱਢ ਕੇ ਅੰਦਰਲੀ ਚੀਜ਼ ਕਟਵਾ ਕੇ ਅਤੇ ਇਹਦੀ ਚੀਜ਼ ਅੰਦਰਲੀ ਆ ਕਢਵਾ ਕੇ ਆਹ ਵਾਲੀ ਇਹਦੀ ਚੀਜ਼ ਨਾ ਸਟੇਅਰਿੰਗ ਦੀ ਇਹ ਇਹਦੇ 'ਚ ਫਿੱਟ ਕਰਾਵਾਂਗੇ। ਉਸ ਤੋਂ ਬਾਅਦ 'ਚ ਆ ਸਟੇਅਰਿੰਗ ਸਿੱਧਾ ਡਾਇਰੈਕਟ ਇਹਦੇ 'ਚ ਫਿੱਟ ਹੋ ਜਾਣਾ, ਫਿਰ ਫਿਟਿੰਗ ਵਧੀਆ ਆਉਣੀ ਹੈ, ਇਹੀ ਜੁਗਾੜ ਹੋ ਸਕਦਾ ਬਸ, ਹੋਰ ਕੋਈ ਆਪਸ਼ਨ ਨਹੀਂ ਹੈਗਾ। ਬਾਕੀ ਹੋਰ ਤਾਂ ਜੁਗਾੜ ਮਿਸਤਰੀ ਕਈ ਜਾਂਦੇ ਵਿੱਚ ਪੱਤੀ ਫਸਾ ਦੀ ਉਹ ਫਸਾ ਦੀ, ਮੈਂ ਨਹੀਂ ਉਹ ਬੇਕਾਰ ਹੋ ਜਾਣਾ, ਕਿ ਜਦੋਂ ਸਾਨੂੰ ਆਹ ਓਰੀਜਨਲ ਸਟੇਅਰਿੰਗ ਕੱਸਣ ਦੀ ਲੋੜ ਪਈ ਖੇਤੀਬਾੜੀ ਜਦੋਂ ਕੀਤੀ, ਟਰੈਕਟਰ ਪਲੀ ਚਲਾਇਆ ਆ ਫੜੀ ਸਟੇਅਰਿੰਗ ਰੱਖ, ਅਤੇ ਉਦੋਂ ਦਿੱਕਤ ਆਉਣੀ ਫਿਰ ਆ ਸਟੇਅਰਿੰਗ ਨਾਲ, ਕਿਉਂ ਸਟੇਅਰਿੰਗ ਨੇ ਹੱਥ ਉੱਤੇ ਛਿਲ ਸਕਦਾ ਵਾ। ਅਤੇ ਮਿੱਤਰੋ, ਬਾਕੀ ਨਾ ਮੈਨੂੰ ਲੱਗਣ ਦਿਆ ਆਹ ਚੀਜ਼ ਮੈਨੂੰ ਹੈ ਸ਼ੈੱਡ ਬੋਰਡ ਜਿਹਾ ਨਾ ਚੇਂਜ ਕਰਨਾ ਪੈਣਾ, ਕਿਉਂਕਿ ਇਹਦੇ ਅੰਦਰਲੀਆਂ ਚੀਜ਼ਾਂ ਟੁੱਟ ਗਈਆਂ, ਨਟ ਲੱਭ ਨੇ ਜ਼ਿਆਦਾ ਕਸ, ਅਤੇ ਇੱਕ ਦਿਨ ਹਿੱਲ ਹਿੱਲ ਕੇ ਰੱਬਰ ਥੱਲੇ ਲਾਈ ਨਹੀਂ। ਤਾਂ ਵੇਖੋ ਇਹ ਮੈਂ ਏਜੰਸੀ ਜਾ ਕੇ ਔਡਰ ਕਰਵਾਊਂਗਾ, ਹਫ਼ਤੇ ਤੱਕ ਮੈਂ ਹਾਂ ਆਪਣੇ ਵੇਖੋ ਟੁੱਟ ਗਿਆ ਖਿਸਕ ਗਿਆ ਬੋਰਡ ਠਾਣ ਹੋ ਗਿਆ। ਅਤੇ ਬਾਕੀ ਸਟੇਅਰਿੰਗ ਮੈਂ ਜਾਊਂਗਾ ਸ਼ਾਮ ਨੂੰ, ਇਸ ਟਾਈਮ ਤਾਂ ਗਰਮੀ ਬਹੁਤ ਆ, ਤੁਹਾਨੂੰ ਧੁੱਪ ਦਿਖਾਉਂਦਾ। ਬਾਕੀ ਆ ਸਪਿਨਰ ਆ, ਸਪਿਨਰ ਮਿੱਤਰੋ ਬਹੁਤ ਕਹਿ ਰਿਹਾ, ਗਰਮੀ ਵੇਖੋ ਧੁੱਪ ਕਿੰਨੀ ਲੱਗੀ ਆ, ਸ਼ਾਮ ਨੂੰ ਜਾ ਕੇ ਫਿਟਿੰਗ ਵਰਕਸ਼ਾਪ ਕਰਵਾ ਕੇ ਲਿਆਊਂਗਾ। ਮਿੱਤਰੋ ਆ ਵੀ ਚਲੀਏ ਗੁੱਲੀ ਜੀ ਕੱਢ ਲਈ ਹੈ ਸਟੇਅਰਿੰਗ ਦੇ ਵਿੱਚ, ਅਤੇ ਹੁਣ ਇਹਨੂੰ ਸਾਫ਼ ਸੂਫ ਗਰੈਂਡਰ ਨਾਲ ਕਰਾਂਗੇ ਜਿਹੜੀ ਚਿੱਟੀ ਨਿਕਲਾਵੇ, ਬਹੁਤ ਗਰਮੀ ਹੈ ਜੀ। ਪਹਿਲਾਂ
ਸੱਤਵੇਂ ਮਿੱਤਰੋ ਰੈਂਡ ਤੇ ਬਣਾ ਲਿਆ ਆਪਾਂ, ਸਟੈਰਿੰਗ ਹਲਕਾ ਹਲਕਾ ਕਾਲਾ ਹੋਇਆ ਬਸ। ਚੱਲ ਘਰ ਜਾ ਕੇ ਫਿਟਿੰਗ ਕਰਕੇ ਵੇਹਨੇ ਕਿੱਦਾਂ ਦੀ ਆਉਂਦੀ ਹੁਣ, ਗੱਲ ਬਣਦੀ ਕਿ ਨਹੀਂ ਬਣਦੀ। ਮਿੱਤਰੋ ਕਰਾ ਲਿਆਂਦਾ ਫਿੱਟ, ਕਢਵਾ ਕੇ ਜੋ ਚੀਜ਼ ਤੁਹਾਨੂੰ ਦੱਸਣ ਦਿਆਂ ਸੀ, ਹੁਣ ਫਿੱਟ ਕਰਕੇ ਵੇਹਨੇ ਕਿੱਦਾਂ ਦਾ ਫਿਟਿੰਗ ਆਉਂਦੀ। ਫੜ ਫੋਨ ਇਹਨੂੰ ਰਹਿੰਦੇ ਦਾ ਕੋਈ ਚੱਕਰ ਨੀ, ਉਹ ਥੱਲੇ ਇੱਕ ਵਾਸ਼ ਹੁੰਦੀ ਉਹ ਜਗਾੜ ਲਿਆ ਕੇ ਲਾ ਦਾਂਗੇ। ਲੈ ਫੜ ਮੈਂ ਨੜ ਜਾ ਕੱਸਾਂ ਫਿਰ ਵੇਹਨੇ ਮਾੜਾ ਜਿਹਾ, ਉਹ ਇਹਨੂੰ ਇੱਦਾਂ ਨਾ ਤਾਂ ਨੂੰ ਚਿਪਕਾ ਦੇ। ਉਹ ਨਹੀਂ ਮੈਂ ਕਹਿਤਾ ਨਾ ਲੱਗਣਾ ਉਹ ਜਗਾੜ ਦੇ, ਲਓ ਮੇਰੀ ਮਿੱਤਰੋ ਫਿਟਿੰਗ ਕਹਿੰਦੇ ਵਧੀਆ ਆ ਗਈ, ਮੈਂ ਤਾਂ ਮੁੱਲ ਮੁੜ ਗਿਆ। ਆ ਫੜ ਜਰਾ ਫੋਨ, ਪਹਿਲਾਂ ਟੈਂਪਰੇਰੀ ਕਰ ਲਈਏ। ਕਿਉਂ ਕਹਦੇ ਪੱਕਾ ਹੀ ਨੱਟ ਫੇਰ ਹੀ ਪਾਈ ਮੇਰਾ ਡੀਜ਼ਲ ਮੈਂ ਪਾ ਦਈਏ, ਉਹ ਮੈਂ ਕਰਦਾ ਪਹਿਲਾਂ ਵੇਖ ਲਈਏ। ਉਹ ਗੋਟੀ ਨੇ ਰੱਖਿਆ ਜਾਣਾ ਨਹੀਂ ਪਾਣੀ ਦੀ ਵਸਦੀ ਗੱਲ, ਥੋੜਾ ਤਾਂ ਕੱਸਿਆ ਜਾਊਗਾ, ਟੇਢਾ ਕੱਸਿਆ ਜਾਣਾ। ਇੰਜ ਕਰ ਸਪਿਨਰ ਲੈ ਗਿਆ, ਆ ਜਗਾੜ ਜਿਹਾ ਨਾ ਪਾਸੇ ਰੱਖ। ਮਿੱਤਰੋ ਪਹਿਲਾਂ ਟੈਂਪਰੇਰੀ ਮੁੜ ਕੇ ਮੈਂ ਨਾ ਵੇਖਣ ਨਹੀਂ ਆਵਾਂ, ਮੁੜ ਕੇ ਸਫਾਈ ਕਰੂੰਗਾ, ਵੇਖੀ ਪਹਿਲਾਂ ਲੁੱਕ ਕਿੱਦਾਂ ਦੀ ਲੱਗਦੀ, ਲਾ ਕੇ ਸਬਰ ਨਹੀਂ ਹੁੰਦੇ ਹੁਣ, ਬੜਾ ਸਬਰ ਕਰ ਲਿਆ ਸੀ ਸਟੈਰਿੰਗ ਨੂੰ। ਬਾਅਦ ਸਪਿਨਰ ਚੱਲ ਬਈ, ਇੱਕ ਮਿੰਟ ਮੈਂ ਇੱਕ ਸਿੱਧਾ ਵੇਖਾਂ। ਹਾਂ ਸਿੱਧਾ ਕਿੱਥੇ ਆ, ਨੱਟ ਤੇ ਕੱਸ ਲੈਂਦੇ ਕੱਸ। ਲਿਆ ਚੱਪਾਨਾ ਜਿਹਾ, ਲਓ ਬਾਈ ਮਿੱਤਰੋ ਕਹਿੰਦੇ ਸਟੈਰਿੰਗ ਫਿੱਟ ਹੋ ਗਿਆ, ਆਹੀ ਚੀਜ਼ ਚਾਹੁੰਦੇ। ਕਿੱਦਾਂ ਘੈਂਟ ਲੱਗਦੀ ਆ ਚੀਜ਼ ਵਿੱਚ ਸਪਿਨਰ ਜਿਹਾ, ਕਹਿੰਦੇ ਫਿਟਿੰਗ ਹੋ ਗਈ ਆ। ਮੈਂ ਤਾਂ ਕਿਹਾ ਕੰਮ ਬਣਨਾ ਨਹੀਂ ਪਰ ਬਣ ਗਿਆ, ਕਿਵੇਂ ਤੇ ਲੁੱਕ ਲੱਗਦੀ ਮਿੱਤਰੋ ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਕੀ ਇੱਕ ਰ ਮੈਂ ਕੱਲ੍ਹ ਖੋਲ੍ਹ ਕੇ ਸਹੀ ਕਰੂੰਗਾ ਥੋੜ੍ਹਾ।
ਕਹਿਣ ਲੱਗ ਪਾ ਸਿਰਾ ਗੱਲਬਾਤ ਹੋ ਗਈ। ਹੋ ਬਈ ਮਿੱਤਰੋ ਮਿਹਨਤ ਦਾ ਮੁੱਲ ਪੈ ਗਿਆ, ਸਟੈਰਿੰਗ ਘੈਂਟ ਲੱਗਦਾ ਮਿੱਤਰੋ, ਵਧੀਆ ਲੱਗਦਾ ਅਤੇ ਇੱਥੇ ਕਰਦਾ ਵਲੋਗ ਦਾ ਅੰਡ। ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਨੈਕਸਟ ਵਲੋਗ ਦੇ ਵਿੱਚ, ਹੁਣ ਚੱਲੀ, ਬਾਏ ਬਾਏ।